ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਮ ਬੋਲੀ ਦਾ ਦਿਹਾੜਾ ਜੀ ਕੋਸ਼ਿਸ਼ ਕਰੀਏ ਕਿ ਆਪਾਂ ਠੇਠ ਪੰਜਾਬੀ ਬੋਲਿਆ ਕਰੀਏ ਆਪਣੇ ਘਰ ਦੇ ਜੋ ਆਪਾਂ ਮੁਰਤੇ ਤਖਤੀ ਲਾਉਣੇ ਆ ਦੁਕਾਨ ਸੰਸਥਾ ਦਾ ਨਾਮ ਉੱਪਰ ਪੰਜਾਬੀ ਬੋਲੀ ਲਿਖਿਆ ਕਰੋ ਥੱਲੇ ਜਿਹੜੀ ਮਰਜੀ ਭਾਸ਼ਾ ਲਿਖੋ ਹਣਾ ਜੀ ਗੀਤ ਗਜ਼ਲ ਕਵਿਤਾ ਤੇ ਸ਼ੇਅਰ ਧੱਕੇ ਨਾਲ ਅੰਗਰੇਜ਼ੀ ਦੇ ਸ਼ਬਦ ਨਾ ਪਾਇਆ ਕਰੋ ਹਣਾ ਜੀ ਸੋਚਿਆ ਕਰੋ ਵੀ ਵੱਧ ਤੋਂ ਵੱਧ ਆਪਾਂ ਮਾਂ ਪੰਜਾਬੀ ਬੋਲੀ ਦਾ ਮਾਣ ਵਧਾਈਏ ਇਸ ਦੇ ਕਾਤਲ ਅਸੀਂ ਖੁਦ ਨਾ ਬਣ ਗਏ ਤੇ ਇਸ ਦਾ ਇਹ ਸਿਰਫ ਅੱਜ ਤੱਕ ਹੀ ਸੀਮਤ ਨਾ ਰਹੇ ਠੀਕ ਹੈ ਜੀ ਕੁਝ ਲੈਣਾ ਲਿਖਿਆ ਜੇ ਚੰਗੀਆਂ ਲੱਗੀਆਂ ਤਾਂਗੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਿਖਿਆ ਜੀ ਸਾਡੇ ਗੁਰੂ ਪਾਤਸ਼ਾਹ ਨੇ ਪਿਆਰ ਹੈ ਬਖਸ਼ਿਆ ਪੀਰਾਂ ਤੇ ਫਕੀਰਾਂ ਸਤਕਾਰ ਹੈ ਬਖਸ਼ਿਆ ਉੱਚਾ ਸੁੱਚਾ ਮਾਣ ਕਿਤੇ ਫਿੱਕਾ ਨਾ ਜੀ ਪਾ ਦਿਓ ਦੇਖਿਓ ਪੰਜਾਬੀਓ ਪੰਜਾਬੀ ਨਾ ਭਲਾ ਦਿਓ ਦੇਖਿਓ ਪੰਜਾਬੀਓ ਪੰਜਾਬੀ ਨਾ ਭਲਾ ਦਿਓ ਇਹਦੇ ਵਿੱਚ ਗੁਰੂਆਂ ਨੇ ਲਿਖੀ ਗੁਰਬਾਣੀ ਐ ਸਾਰੀਆਂ ਪਾਸ਼ਾ ਦੇ ਵਿੱਚੋਂ ਇਹ ਪਟਰਾਣੀ ਐ ਇਹਦਾ ਉਚਾਰਤਵਾਨਾ ਤੁਸੀਂ ਉਹੇ ਘਟਾ ਦਿਓ ਇਹਦਾ ਉਚਾਰਤਵਾਨਾ ਤੁਸੀਂ ਉਹੇ ਘਟਾ ਦਿਓ ਦੇਖਿਓ ਪੰਜਾਬੀਓ ਪੰਜਾਬੀ ਨਾ ਭਲਾ ਦਿਓ ਦੇਖਿਓ ਜੀ ਪੰਜਾਬੀ ਮਾਮਤਰੀ ਨਾ ਬਣਾ ਦਿਓ ਵਿਚੋਂ ਲੋਰੀਆਂ ਦੀ ਆਉਂਦੀ ਖੁਸ਼ਬੂ ਐ ਨੇਰਿਆਂ ਚ ਚਾਨਣੇ ਦੀ ਜਗਦੀ ਏ ਲੋ ਐ ਇਹਦੀ ਉੱਚੀ ਹੋਂਦ ਨਾ ਜੀ ਗਹਿਰਾਂ ਚ ਮਲਾ ਦਿਓ ਦੇਖਿਓ ਪੰਜਾਬੀਓ ਪੰਜਾਬੀ ਨਾ ਪੜਾ ਦਿਓ ਦੇਖਿਓ ਜੀ ਮਾਂ ਨੂੰ ਮਤਰੀ ਨਾ ਬਣਾ ਦਿਓ ਬੁੱਲੇ ਜੇ ਫਕੀਰੇ ਨੂੰ ਕਰਦੇ ਸਲਾਮ ਨੇ ਹਾਸ਼ਮਾ ਫਕੀਰ ਗਾਉਂਦੇ ਰਹੇ ਸੁਬਾ ਸ਼ਾਮ ਨੇ ਦੇਖਿਓ ਫਕੀਰੀ ਝੋਲੀ ਹੋਰ ਦੀ ਨਾਮ ਪਾ ਦਿਓ ਦੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ ਦੇਖਿਓ ਜੇ ਤੁਸੀਂ ਮਾਂ ਨੂੰ ਮਤਰੀ ਹੀ ਨਾ ਬਣਾ ਦਿਓ ਮੰਨਿਆ ਗਿਆਨ ਹਰ ਭਾਸ਼ਾ ਦਾ ਜ਼ਰੂਰੀ ਹੈ ਮਾਂ ਬੋਲੀ ਛੱਡ ਦਈਏ ਇਹ ਕੀ ਮਜਬੂਰੀ ਹੈ ਕਹੇ ਗੁਰਜੰਟ ਓਏ ਬਗਾਨੀ ਨਾ ਬਣਾ ਦਿਓ ਦੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ ਦੇਖਿਓ ਜੀ ਮਾਂ ਨੂੰ ਮਤਰੀ ਹੀ ਨਾ ਬਣਾ ਦਿਓ ਸਹੀ ਗੱਲ ਆ ਜੀ ਪੰਜਾਬੀ ਭਾਸ਼ਾ ਨਾਲ ਆਪਣੇ ਬੱਚਿਆਂ ਨੂੰ ਨਾ ਜੀ ਆਪਣਾ ਮਾਂ ਬੋਲੀ ਐ ਇਹਨੂੰ ਹਮੇਸ਼ਾ ਜਿਉਂਦੀ ਰੱਖਿਓ ਜੀ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ